ਗੁੱਡ ਮਾਰਨਿੰਗ ਟੀਮਸ ਇਕਨੋਮਿਕਸ, ਮੈਂ ਡਾਕਟਰ ਕੁਲਵੀਰ। ਅੱਜ 6 ਜੂਨ 2024 ਗੋਲਡ ਦੀ ਗੱਲ ਕਰਦੇ ਹਾਂ। ਗੋਲਡ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੇ 8-10 ਦਿਨਾਂ ਤੋਂ ਗੋਲਡ ਇਸ ਜ਼ੋਨ ਦੇ ਵਿੱਚ ਕੰਸੋਲੀਡੇਸ਼ਨ ਸੀਗਾ, ਵੱਡੀ ਰੇਂਜ ਸੀਗੀ ਗੋਲਡ ਦੀ। 2300 ਜਿਹੜਾ ਹੈਗਾ 13 ਤੋਂ ਲੈ ਕੇ ਗੋਲਡ 2360 ਤੱਕ ਆਲਮੋਸਟ 47 ਡੋਲਰ ਦੇ ਕਰੀਬ ਗੋਲਡ ਜਿਹੜਾ ਸੀਗਾ ਉਹ ਕੰਸੋਲੀਡੇਸ਼ਨ ਸੀਗਾ, ਬਹੁਤ ਵੱਡੀ ਰੇਂਜ ਸੀਗੀ। ਹੁਣ ਇਸ ਵੇਲੇ ਅੱਜ ਡੇਲੀ ਕੈਂਡਲ ਦੇ ਅਕੋਰਡਿੰਗ ਗੋਲਡ ਟ੍ਰੈਂਡ ਲਾਈਨ ਨੂੰ ਬ੍ਰੇਕ ਕਰਕੇ ਅਪਸਾਈਡ ਜਿਹੜੀ ਰਜਿਸਟੈਂਸ ਹੈਗੀ ਵਿੱਚ ਇਜ਼ ਏ ਕਨਫਲੂਐਂਸ ਜ਼ੋਨ, ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਅਪਸਾਈਡ ਦੀ ਮੂਵਮੈਂਟ ਲਈ। ਸੋ ਹੋਪਫੁਲੀ ਅਗਰ ਨਿਊਜ਼ ਫੇਵਰ ਕਰੇਗੀ ਗੋਲਡ ਨੂੰ, ਗੋਲਡ ਅਪਸਾਈਡ ਬ੍ਰੇਕ ਕਰ ਚੁੱਕਿਆ ਆਲਰੇਡੀ, ਅਗਰ ਇਹ ਸਸਟੇਨ ਕਰਦਾ ਗੋਲਡ ਜਿਹੜਾ ਹੈਗਾ ਦੁਬਾਰੇ 2450 ਦੇ ਟਾਰਗੇਟ ਨੂੰ ਇੱਥੇ ਲੈਫਟ ਹੈਂਡ ਸਾਈਡ 'ਤੇ ਹਿੱਟ ਕਰ ਸਕਦਾ। ਸਲੋ ਐਂਡ ਸਟੱਡੀ ਹੋਏਗਾ, ਹੋ ਸਕਦਾ ਮੰਡੇ ਟਿਊਜ਼ਡੇ ਤੱਕ ਕਰੇ ਅਗਰ ਨਿਊਜ਼ ਫੇਵਰੇਬਲ ਆਉਂਦੀ ਹੈਗੀ ਹੈ, ਜਿਵੇਂ ਅੱਜ ਥਰਸਡੇ ਹੈ, ਫਰਾਈਡੇ 2 ਦਿਨ ਦਾ ਹਲੇ ਹੈਗਾ ਟ੍ਰੇਡਿੰਗ ਦਾ। ਸੋ ਕੰਸੋਲੀਡੇਸ਼ਨ ਦਾ ਤੁਸੀਂ ਲੌਂਗ ਲੌਂਗ ਫੇਸ ਦੇਖ ਸਕਦੇ ਹੋ। ਇੱਥੇ ਵੀ ਟ੍ਰੇਡਿੰਗ ਜ਼ੋਨ ਸੀਗਾ ਡਿਊ ਟੂ ਹਾਈ ਰੇਂਜ ਸੀਗੀ 47 ਡੋਲਰਸ ਦੀ। ਸੋ ਇਸ ਵੇਲੇ ਗੋਲਡ ਬ੍ਰੇਕ ਕਰਕੇ ਰੀਟੈਸਟ 1 ਆਵਰ ਦੇ ਅਕੋਰਡਿੰਗ ਵੀ ਅਗਰ ਇੱਥੇ ਸਸਟੇਨ ਕਰਦਾ ਅਪਸਾਈਡ ਦੀ ਮੂਵਮੈਂਟ ਫੜਦਾ ਹੈ ਤੁਸੀਂ ਇੱਥੋਂ ਬਾਏ ਕਰ ਸਕਦੇ ਹੋ, ਠੀਕ ਹੈ ਜੀ। ਸੋ ਨੈਕਸਟ ਜਿਹੜਾ ਹੈਗਾ 30 ਮਿੰਟ 'ਚ ਆਪਾਂ ਦੇਖਦੇ ਹਾਂ ਕੁਇਕਲੀ, 30 ਮਿੰਟ ਦੇ ਵਿੱਚ ਵੀ ਗੋਲਡ ਇੱਥੇ ਸਪੋਰਟ ਬਣਾ ਕੇ ਅਪਸਾਈਡ ਗਿਆ ਬਟ ਉੱਪਰ ਸਸਟੇਨ ਨਹੀਂ ਕੀਤਾ, ਵਾਪਸ ਰੀਟੈਸਟ ਵੱਲ। ਸੋ ਇਹ ਜਿਹੜਾ ਜ਼ੋਨ ਹੈਗਾ 2365 ਵਾਲਾ, ਇਸ ਦੇ ਉੱਪਰ ਹੀ ਗੋਲਡ ਨੂੰ ਰਹਿਣਾ ਚਾਹੀਦਾ। ਅਗਰ ਰਹਿੰਦਾ ਹੈ, ਅਗਰ ਕੋਈ ਬੁਲਿਸ਼ ਪੈਟਰਨ ਇੱਥੇ ਬਣਦਾ ਹੈਗਾ, ਠੀਕ ਹੈ, ਬੁਲਿਸ਼ ਟ੍ਰੈਂਡ ਪੈਟਰਨਸ, ਸੋ ਇਟ ਮੀਨਸ ਗੋਲਡ ਹਰ ਟਾਈਮ ਫਰੇਮ 'ਚ ਰੀਟੈਸਟ ਕਰਕੇ ਅਪਸਾਈਡ ਦੀ ਮੂਵਮੈਂਟ ਲੈ ਸਕਦਾ। ਸੋ ਅਸੀਂ ਇੱਥੇ ਬਾਏ ਦੀ ਓਪਰਚੁਨਿਟੀਜ਼ ਦੇਖਣੀ। ਅਗਰ ਇਹ ਬ੍ਰੇਕ ਹੁੰਦਾ ਹੈ, ਅਗਰ ਇਹ ਬ੍ਰੇਕ ਹੁੰਦਾ ਹੈ ਡਾਊਨ ਸਾਈਡ, ਅਗਰ ਇਸ ਜ਼ੋਨ 'ਚ ਵਾਪਸ ਆ ਜਾਂਦਾ ਹੈ ਫਿਰ ਦੈਨ ਵੀ ਵਿਲ ਬੀ ਸੈਲਿੰਗ ਦਿਸ, ਠੀਕ ਹੈ। ਪਹਿਲਾ ਟੀ ਪੀ ਤੁਹਾਡਾ ਟ੍ਰੈਂਡ ਲਾਈਨ ਤੱਕ ਰਹੇਗਾ ਕਿਉਂਕਿ ਟ੍ਰੈਂਡ ਲਾਈਨ ਕੰਮ ਕਰੇਗੀ ਹਲੇ ਵੀ ਬਿਲਕੁਲ ਪਰਫੈਕਸ਼ਨ ਦੇ ਨਾਲ। ਸੋ ਸੈਕਿੰਡ ਟੀ ਪੀ ਜਿਹੜਾ ਹੈਗਾ ਅਸੀਂ ਇਹਨੂੰ ਸਟੋਪ ਲੋਸ ਨੂੰ ਮੂਵ ਕਰਕੇ ਆ ਪਾਰਸ਼ਲੀ ਬੁੱਕ ਕਰਕੇ ਇਸ ਟੀ ਪੀ ਨੂੰ ਆਪਾਂ ਫਰਦਰ ਟੀ ਪੀ 2 ਜਿਹੜਾ ਹੈਗਾ ਦੇਖ ਸਕਦੇ ਹਾਂ। ਅਗਰ ਨਿਊਜ਼ ਇੰਡਿਊਸਡ ਹੁੰਦਾ, ਅਗਰ ਨਿਊਜ਼ ਗੋਲਡ ਦੇ ਲਈ ਨੈਗਟਿਵ ਆਉਂਦੀ ਹੈ ਦੈਨ ਇਟ ਵਿਲ ਬੀ ਟਚਿੰਗ 2314, ਬੜੀ ਈਜ਼ਲੀ ਇਹ ਡਾਊਨ ਆਏਗਾ ਫਿਰ, ਠੀਕ ਹੈ। ਸੋ ਗੋਲਡ ਲਈ ਟਫ ਡੇਜ਼ ਨੇ ਜਦ ਤੱਕ ਇਹਨੂੰ ਪ੍ਰੋਪਰ ਇੱਕ ਡਾਇਰੈਕਸ਼ਨ ਨਹੀਂ ਮਿਲਦੀ ਹੁਣ। ਸੋ 5 ਮਿੰਟ ਦੇ ਵਿੱਚ ਦੇਖਦੇ ਹਾਂ ਆਪਾਂ, 5 ਮਿੰਟ ਦੇ ਵਿੱਚ ਵੀ ਗੋਲਡ ਜਿਹੜਾ ਹੈਗਾ ਇੱਕ ਰਜਿਸਟੈਂਸ ਕ੍ਰੀਏਟ ਹੋਇਆ, ਹਾਇਰ ਹਾਈਜ਼ ਹਾਇਰ ਲੋਸ ਬਣ ਰਹੇ ਨੇ, ਹਾਇਰ ਲੋਸ ਬਣ ਰਹੇ ਨੇ ਜਦੋਂ ਤੱਕ ਇਹ ਵਾਲਾ ਏਰੀਆ ਬ੍ਰੇਕ ਹੋ ਕੇ ਡਾਊਨ ਨਹੀਂ ਆਉਂਦਾ। ਸੋ ਤੁਸੀਂ ਕਹਿ ਸਕਦੇ ਹੋ ਕਿ 2350 ਵਾਲਾ ਏਰੀਆ ਜਦੋਂ ਤੱਕ ਬ੍ਰੇਕ ਨਹੀਂ ਹੁੰਦਾ ਆਹ ਵਾਲਾ ਜ਼ੋਨ, ਜਦੋਂ ਤੱਕ ਸੈਲਿੰਗ ਦਾ ਆਪਾਂ ਸੋਚਣਾ ਨਹੀਂ, ਕਿਉਂਕਿ ਕਿਸੇ ਵੀ ਵੇਲੇ ਕੋਈ ਵੀ ਕੈਂਡਲ ਇਸ ਪੋਜ਼ਿਟਿਵ ਜ਼ੋਨ 'ਚ ਹੈਗੀ ਹੈ। ਇੱਥੇ ਬਾਇਰਸ ਐਕਟਿਵ ਨੇ, ਮੇ ਬੀ ਦੇ ਆਰ ਡੈਲੀਬਰੇਟਲੀ ਪ੍ਰਾਈਜ਼ ਨੂੰ ਡਾਊਨ ਲੈ ਜਾ ਰਹੇ ਨੇ ਫੋਰ ਬੈਟਰ ਪ੍ਰਾਈਜ਼, ਸੋ ਉਹ ਲੋ ਪ੍ਰਾਈਜ਼ 'ਤੇ ਬਾਏ ਕਰ ਸਕਣ। ਸੋ ਇਸ ਚੀਜ਼ ਦਾ ਵੀ ਖਿਆਲ ਰੱਖਣਾ, ਮੈਨੂਪਲੇਸ਼ਨ ਵੀ ਇਸ ਤਰ੍ਹਾਂ ਹੀ ਹੁੰਦੀ ਹੈ, ਇਸ ਪ੍ਰਾਈਜ਼ 'ਤੇ ਗੋਲਡ ਉਹਨਾਂ ਨੂੰ ਮਹਿੰਗਾ ਪੈ ਰਿਹਾ। ਸੋ ਜਦੋਂ ਬ੍ਰੇਕਆਊਟ ਹੋਇਆ ਅਪਸਾਈਡ ਦਾ, ਸੋ ਬਿਗ ਪਲੇਅਰਸ ਦੇ ਵਿਲ ਬ੍ਰਿੰਗ ਗੋਲਡ ਡਾਊਨ ਸਮਵੇਅਰ, ਦੇ ਵਿਲ ਹਿੱਟ ਆਲ ਦਾ ਸਟੋਪ ਲੋਸਿਸ, ਦੈਨ ਦੇ ਵਿਲ ਬੀ ਗੋਇੰਗ ਅਪਸਾਈਡ ਫੋਰ 2450। ਸੋ ਇਹ ਸੀਗਾ ਅੱਜ ਦਾ ਗੋਲਡ ਦਾ ਐਨਾਲਿਸਿਸ, ਤੁਸੀਂ ਕੇਅਰਫੁਲੀ ਟ੍ਰੇਡ ਕਰੋ। ਜਿਵੇਂ ਕਿ ਲਾਸਟ ਟਾਈਮ ਵੀ ਗੱਲ ਹੋਈ ਸੀ, ਸਕਲਾ ਜੀ ਨੂੰ ਜਿਹੜਾ ਹੈਗਾ ਆਪਣੀ ਨੂੰ ਮੈਂਟੇਨ ਕਰਨਾ, ਉਹਨੂੰ ਰਿਟੇਨ ਕਰਨਾ, ਉਹ ਇੱਕ ਵੱਡਾ ਚੈਲੇਂਜ ਹੁੰਦਾ ਹੈ ਟ੍ਰੇਡਰਸ ਦੇ ਲਈ। ਪਲੱਸ ਰੂਲ ਬੇਸਡ ਟ੍ਰੇਡਿੰਗ ਜਿਹੜੀ ਹੈਗੀ ਤੁਹਾਨੂੰ ਸਕਸੈਸ ਦਵਾਏਗੀ।
ਸੋ ਟੇਕ ਕੇਅਰ ਗਾਇਜ਼, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।